ਸੰਨ 58 ਤੋਂ ਪਹਿਲਾਂ ਸਿੱਖਾਂ ਦੀ ਬੜੀ ਇੱਕ ਕਰੀਮ ਸੀ ਜਿਹੜੀ ਅਫਸਰ ਸੀ ਲੱਗੇ ਜੱਜਸ ਜੱਜ ਸੀ ਫੌਜ ਵਿੱਚ 25% ਸਿੱਖ ਅਫਸਰ ਸਨ IAS IPS ਜਿੰਨੇ ਵੀ ਵੱਡ ਵੱਡੀਆਂ ਪੋਸਟਾਂ 'ਤੇ ਸੀ ਯੂਨਾਈਟਿਡ ਪੰਜਾਬ ਸੀ ਜਦੋਂ ਇਹ ਵੰਡਿਆ ਨਹੀਂ ਸੀ ਤਿੰਨਾਂ ਹਿੱਸਿਆਂ ਵਿੱਚ ਪੁੱਛਦੇ ਸੀ ਕਰਨਾਲ ਦਾ DC ਕੌਣ ਆ ਕਹਿੰਦੇ ਸਰਦਾਰ ਅਮਰਿੰਦਰ ਸਿੰਘ ਨੇ ਉੱਥੇ SSP ਸਾਹਿਬ ਕੌਣ ਨੇ IG ਕੌਣ ਨੇ ਓਹੋ ਸਰਦਾਰ ਬਖਤਾਵਰ ਸਿੰਘ ਨੇ ਉੱਥੇ ਚਪੜਾਸੀ ਕੌਣ ਠੁਣੀਆਂ ਰਾਮ ਹਰਿਆਣੇ ਦਾ ਹੁਣ ਪੁੱਛੋ ਕੋਈ ਲੁਧਿਆਣਾ ਦਾ DC ਕੌਣ ਆ ਕਹਿੰਦੇ ਗੌਰਵ ਯਾਦਵ ਆ ਬਿਹਾਰ ਤੋਂ ਹੈਰਾਨੀ ਦੀ ਗੱਲ ਨਹੀਂ ਇਹ ILET ਕੀ ਹੈ ਜੀ ਭਲਾ ਇਹ ਕਿਹੜਾ ਭੂਤ ਤੁਹਾਡੇ ਨਿਆਣੇ 'ਤੇ ਸਵਾਰ ਹੋ ਗਿਆ ਅਤੇ ਤੁਹਾਡੇ 'ਤੇ ਇਹ ਆਖਰੀ ਡਿਗਰੀ ਆ ਤੁਹਾਡੇ ਨਿਆਣਿਆਂ ਦੀ ਇਹਨਾਂ ਨੂੰ ਚੇਤਾ ਹੀ ਭੁੱਲ ਗਿਆ ਅਫਸਰੀ ਕੀ ਹੁੰਦੀ ਆ ਜਿਹਨਾਂ ਕੌਮਾਂ ਦੀਆਂ ਅਫਸਰੀਆਂ ਹੁੰਦੀਆਂ ਉਹ ਰਾਜ ਕਰਦੀਆਂ ਉਹ ਕਰੀਮ ਹੁੰਦੀ ਆ ਹੈਰਾਨੀ ਦੀ ਗੱਲ ਨਹੀਂ ਕਹਿੰਦੇ ਕਾਕਾ ਬਾਹਰ ਚਲ ਗਿਆ ਟਰਾਲਾ ਲੈ ਦਿੱਤਾ ਸਦਾ ਲਈ ਪੱਕਾ ਡਰਾਈਵਰ ਬਣ ਗਿਆ ਗੁੱਡੀ ਨੂੰ ਜੀ ਰੈਸਟੋਰੈਂਟ 'ਚ ਨੌਕਰੀ ਮਿਲ ਗਈ ਉੱਥੇ ਰੋਟੀਆਂ ਪਕਾਉਂਦੀ ਆ ਓਏ ਹੱਦ ਹੋ ਗਈ ਉਹ ਦੁਨੀਆਂ ਦੇ ਲੋਕੋ ਤੁਹਾਡੀ ਤੁਹਾਨੂੰ ਮੈਂ ਕੀਰਤਨ ਕੀ ਸੁਣਾ ਆਪਣਾ ਤਾਂ ਬੇੜਾ ਹੀ ਬਹਿ ਗਿਆ ਲੱਗਦਾ ਆਪਣਾ ਤਾਂ ਕੰਮ ਹੀ ਨਿਬੜ ਗਿਆ ਚਾਰ ਮੈਨੂੰ ਕੋਈ ਕਹਿ ਰਹੇ ਸੀ ਇੱਕ ਦਿਨ ਕਹਿੰਦੇ ਸਿੱਖਾਂ ਦੇ ਨਿਆਣੇ ਲਈ ਪੰਜਾਬ 'ਚ ਹਿੰਦੁਸਤਾਨ 'ਚ ਚਾਰ ਨੌਕਰੀਆਂ ਰਹਿ ਗਈਆਂ ਕਿ ਉਹ ਕਿਹੜੀਆਂ ਇੱਕ ਚਪੜਾਸੀ ਦੀ ਇੱਕ ਟੀ ਬੋਏ ਦੀ ਇੱਕ ਸਿਕਿਉਰਿਟੀ ਗਾਰਡ ਦੀ ਅਤੇ ਇੱਕ ਆਫਿਸ ਬੋਆਏ ਦੀ ਜੇ ਉਹ ਵੀ +2 ਆ ਅਤੇ ਇਹੀ ਚਾਰ ਰਹਿ ਗਈਆਂ ਬਾਕੀ ਤਾਂ ਤੁਹਾਡੇ ਪੱਲੇ ਵੀ ਹੈ ਨਹੀਂ ਤੁਹਾਡੇ ਨਿਆਣਿਆਂ ਦੇ ਪੱਲੇ ਕਿਉਂਕਿ ਜਿਹੜੀ ਕੌਮ ਪ੍ਰੋਗਰੈਸ ਕਰਦੀ ਦੁਨੀਆ 'ਚ ਉਹਨਾਂ ਦੇ ਬੱਚੇ ਹਾਇਰ ਲੈਵਲ 'ਤੇ ਉਹਨਾਂ ਦੇ ਕੋਲ ਐਜੂਕੇਸ਼ਨ ਹੁੰਦੀ ਆ ਇੱਥੇ ਤੱਕ ਹੀ ਅੜ ਗਿਆ ਕਿ ਦਾਲਾ ਜੀ ਫੁਲਕਾ ਜੀ ਫੁਲਕਾ ਜੀ ਤੀਜੀ ਗੱਲ ਹੀ ਨਹੀਂ ਆਉਂਦੀ ਸਿੱਖਾਂ ਨੂੰ ਕਰੀਏ ਕੀ ਸੁਣਨਾ ਵੀ ਨਹੀਂ ਚਾਹੁੰਦੇ ਅਸੀਂ ਤੁਰ ਕਿੱਥੇ ਨੂੰ ਪਏ ਅਜੇ ਜਦੋਂ ਅਸੀਂ ਪੜ੍ਹਦੇ ਸੀ ਸੰਨ 55-56 ਦੀ ਮੈਂ ਗੱਲ ਕਰਦਾ ਉਹਨਾਂ ਦਿਨਾਂ ਵਿੱਚ ਸੰਨ 62 ਵਿੱਚ ਅਸੀਂ ਹਾਇਰ ਸੈਕੰਡਰੀ ਕੀਤੀ ਬਾਅਦ ਵਿੱਚ ਗ੍ਰੈਜੂਏਸ਼ਨ ਕੀਤੀ ਅੱਬਲ ਤਾਂ ਕੋਈ ਨਕਲ ਕਰਦਾ ਨਹੀਂ ਸੀ ਜੇ ਕਿਤੇ ਨਿਆਣਾ ਫੜਿਆ ਵੀ ਜਾਂਦਾ ਸੀ ਨਾ ਕਹਿੰਦੇ ਇਹਨੂੰ ਖੂਹ 'ਚ ਸੁੱਟਦੇ ਉਹਨੂੰ ਕਹਿ ਘਰ ਨਾ ਆਵੇ ਸਾਡੀ ਬੇਇੱਜ਼ਤੀ ਕਰਾਈ ਹੁਣ ਕੀ ਅੱਧੀ ਕੁ ਦਰਜਨ ਤੁਰੇ ਆ ਚਾਚਾ ਮਾਮਾ ਪਾਪਾ ਤਾਇਆ ਉਹ ਕਿੱਥੇ ਨੂੰ ਚੱਲੇ ਆ ਕਹਿੰਦਾ ਕਾਕਾ ਇਮਤਿਹਾਨ ਦੇਣ ਲੱਗਾ ਨਕਲ ਕਰਾਉਣ ਚੱਲੇ ਆ ਆਖੋ ਸਦਾ ਵਾਹਿਗੁਰੂ ਨਕਲ ਕਰਾਉਣ ਚੱਲੇ ਆ ਇਹਨੂੰ ਪੁੱਛੇ ਵੀ ਤੇਰਾ ਪਿਓ ਅੱਗੇ ਕੰਪੀਟੀਸ਼ਨ ਲੈ ਕੇ ਜਾਊ ਇਹਨੂੰ ਕਾਗਜ਼ ਦਾ ਟੁਕੜਾ ਤਾਂ ਲੈਣ ਦਾ ਦੱਸ ਅੱਗੇ ਕੌਣ ਜਾਊ ਜਿੱਥੇ ਕਿ ਕੰਪੀਟੀਸ਼ਨ ਹੁੰਦੇ ਜਿੱਥੇ ਇੰਟੈਲੀਜੈਂਸ ਕੰਮ ਕਰਦੀ ਆ ਉੱਥੇ ਤੁਹਾਡਾ ਕੌਣ ਆ ਤੁਹਾਡਾ ਤਾਂ ਬਚਿਆ ਹੀ ਕੁਝ ਨਹੀਂ ਕੀ ਕਰੋਗੇ ਤੁਸੀਂ ਕਿਹੜਾ ਕਿਹੜਾ ਰਾਜ ਜਿਹੜੇ ਨਾਅਰੇ ਲਾਉਂਦੇ ਫਿਰਦੇ ਹੋ ਰਾਜ ਖਾਲਸਾ ਰਾਜ ਕੌਣ ਕਰਨ ਵਾਲਾ ਦੱਸੋ ਤੇ ਸਹੀ ਕਿਹਨੇ ਕਰਨਾ ਕੌਣ ਕਰੂ ਪਤਾ ਤਾਂ ਲੱਗੇ ਐਡੀ ਵੇਸਲੀ ਕੌਮ ਫੜ ਲਓ ਫੜ ਲਓ ਫੜ ਲਓ ਫੜ ਲਓ ਹਰ ਗੱਲ 'ਚ ਫੜ ਲਓ ਫੜ ਲਓ